ਸ਼ੁਕਰਾ ਜੀ ਕੁਲਵਿੰਦਰ ਬੋਲ ਰਹੇ ਜਗਬਾਣੀ ਟੀਵੀ ਤੋਂ ਤੇ ਹਾਲਾਤ ਕੀ ਨੇ ਉੱਥੇ ਕੋਟਕਪੂਰਾ ਦੇ ਮੈਂ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਠੀਕ ਹੈ ਜੀ ਤੇ ਇੱਕ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੋ ਅੱਜ ਘਟਨਾ ਵਾਪਰਦੀ ਹੈ ਹਾਂਜੀ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਜਾਂਦਾ ਜਦੋਂ ਸਿਸਟਮ ਦਾ ਫੇਲੀਅਰ ਹੈ ਜੀ ਜਿਹੜਾ ਮਤਲਬ ਤਕਰੀਬਨ ਪਿਛਲੇ 7-7 ਸਾਲ ਤੋਂ ਇਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰ ਸਕਿਆ ਤੇ ਜਿਹੜਾ ਇਹ ਕੀ ਜਿਹੜਾ ਪ੍ਰਦੀਪ ਸਿੰਘ ਸੀਗਾ ਡੇਰਾ ਪ੍ਰੇਮੀ ਇਹਦੇ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਸੀਗੇ ਵੈਸੇ ਬੇਸਿਕਲੀ ਸਰੂਪ ਚੋਰੀ ਚੱਕਣਾ ਹੋਈ ਅੱਛਾ ਇਸ ਤੋਂ ਇਲਾਵਾ ਹੋਰ ਜਿਹੜੇ ਮਤਲਬ ਅੰਗ ਖਿਲਾਰੇ ਗਏ ਉਹਨਾਂ ਦੇ ਵਿੱਚ ਵੀ ਸੀ ਥੋੜਾ ਵਿਸਥਾਰ ਦੇ ਨਾਲ ਦੱਸ ਦਿਓ ਥੋੜਾ ਵਿਸਥਾਰ ਦੇ ਨਾਲ ਦੱਸ ਦਿਓ 2-3 ਦੋਸ਼ ਸੀਗਾ ਲੱਗਿਆ ਹੋਇਆ ਸੋ 1 ਜੂਨ 2015 ਨੂੰ ਜਿਹੜਾ ਸਰੂਪ ਚੋਰੀ ਕਰ ਲਏ ਗਏ ਸੀਗੇ ਉਹ ਉਹਨਾਂ ਦੀ ਟੀਮ ਦਾ ਪਾਠ ਸੀਗੇ ਉਸ ਤੋਂ ਬਾਅਦ ਜਿਹੜੇ ਗਰਗਾਰੀ ਦੇ ਵਿੱਚ 12 ਅਕਤੂਬਰ ਨੂੰ ਅੰਗ ਖਿਲਾਰੇ ਜਾਂਦੇ ਉਹਦੇ ਵਿੱਚ ਵੀ ਇਹਨਾਂ ਦਾ ਜਿਹੜਾ ਨਾਮ ਆਇਆ ਬਿਲਕੁਲ ਮੁਲਜ਼ਮ ਪਾਏ ਗਏ ਹੈ ਤੇ ਮੁਲਜ਼ਮ ਪਾਏ ਜਾਣ ਤੋਂ ਬਾਅਦ ਜ਼ਮਾਨਤ ਤੋਂ ਬਾਹਰ ਆ ਕੇ ਇਹਨਾਂ ਨੇ ਜਿਹੜੇ ਜਨਮ ਦਿੱਤੇ ਹੋਏ ਨਾਲ ਜ਼ਮਾਨਤ ਇਹਨਾਂ ਦੀ ਕਿਹੜੇ ਸਾਲ ਚ ਹੁੰਦੀ ਆ ਇਹਨਾਂ ਦੀ ਤਾਂ ਮਤਲਬ 2-2 ਮਹੀਨੇ ਬਾਅਦ 1.5 ਮਹੀਨੇ ਬਾਅਦ ਹੀ ਹੋ ਜਾਂਦੇ ਆ ਜ਼ਮਾਨਤ ਪਈ ਅੱਛਾ ਇਹਨਾਂ ਦੀ ਰੈਸਟ ਪੈਂਦੀ ਆ ਉਸ ਤੋਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਜਿਹੜੀ ਆ ਜ਼ਮਾਨਤ ਹੋ ਜਾਂਦੀ ਆ ਜ਼ਮਾਨਤ ਦੇ ਨਾਲ ਇਹਨਾਂ ਨੂੰ ਸਿਕਿਉਰਟੀ ਮਿਲ ਜਾਂਦੀ ਤੇ ਉਸ ਤੋਂ ਬਾਅਦ ਵਿੱਚ ਜਦੋਂ ਜ਼ਮਾਨਤ ਹੁੰਦੀ ਆ ਨਾਲ ਹੀ ਇਹਨਾਂ ਨੂੰ ਸਿਕਿਉਰਟੀਆਂ ਮਿਲ ਜਾਂਦੀਆਂ ਜੀ ਜੀ ਆਮ ਤੌਰ ਤੇ ਵੈਸੇ ਜਿਹੜਾ ਇਹਨਾਂ ਦਾ ਅਕਸ ਸੀਗਾ ਪ੍ਰਦੀਪ ਸਿੰਘ ਦਾ ਤੁਹਾਨੂੰ ਥੋੜਾ ਬਹੁਤ ਆਈਡੀਆ ਹੋਏਗਾ ਕਿਉਂਕਿ ਤੁਸੀਂ ਇਹਨਾਂ ਮਸਲਿਆਂ ਦੇ ਵਿੱਚੋਂ ਨਿਕਲਦੇ ਪਏ ਹੋ ਖੁਦ ਤੁਹਾਡੇ ਫਾਦਰ ਸਾਹਿਬ ਜਿਹੜੇ ਸ਼ਹੀਦ ਹੋਏ ਨੇ ਆਮ ਤੌਰ ਤੇ ਡੇਰਾ ਪ੍ਰੇਮੀ ਤੋਂ ਇਲਾਵਾ ਅਕਸ ਕਿਸ ਤਰ੍ਹਾਂ ਦਾ ਸੀਗਾ ਕੋਈ ਵਿਵਾਦਿਤ ਸੀਗਾ ਕਿ ਜਾਂ ਫਿਰ ਠੀਕ ਠਾਕ ਸੀਗਾ ਨਹੀਂ ਦੇਖੋ ਜੇ ਅਕਸ ਦੀ ਗੱਲ ਕਰਦੇ ਹਾਂ ਆਪਾਂ ਉਹ ਤਾਂ ਫਿਰ ਉਹਨਾਂ ਜਦੋਂ ਗਨਮੈਨਾਂ ਦੀ ਰੱਖਿਆ ਹੇਠ ਚੱਲਦੇ ਆ ਉਦੋਂ ਤਾਂ ਫਿਰ ਆਪਣੇ ਆਪ ਚ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਕੇ ਚੱਲ ਰਹੇ ਆ ਅਸੀਂ ਪਿਛੜੇ ਨਹੀਂ ਇਹਨਾਂ ਨਾਲ ਪਰ ਇੰਨਾ ਕੁ ਪਤਾ ਵੀ ਇਹਨਾਂ ਨੂੰ ਜਿਹੜੀ ਆ ਸ਼ਹਿਰ ਜਿਹੜੀ ਡੇਰੇ ਦੀ ਸ਼ਹਿਰ ਤੇ ਜਿਹੜਾ ਸਾਰਾ ਕੁਛ ਇਹਨਾਂ ਨੇ ਕੀਤਾ ਉਹਦੇ ਚ ਕਾਰੋਬਾਰ ਇਹਨਾਂ ਦੇ ਜਿਹੜੇ ਅਪ ਕੀਤੇ ਆ ਗਰੋਥ ਕੀਤੇ ਆ ਡੇਰੇ ਨੇ ਕੀਤੇ ਆ ਜਿਹੜੀ ਆਮ ਲੋਕਾਂ ਦੀ ਵਿਚਰਨ ਦੀ ਗੱਲ ਆ ਮੇਰਾ ਤਾਂ ਇਹਨਾਂ ਨਾਲ ਕੋਈ ਬਹੁਤ ਵਾਸਤਾ ਨੀ ਰਹਿੰਦਾ ਹੈਗਾ ਕਿਉਂਕਿ ਜਦੋਂ ਤੋਂ ਕੇਸ ਚੱਲਦਾ ਫਿਰ ਇਹਨਾਂ ਨਾਲ ਤਾਂ ਆਪਣਾ ਕੁਟਾਈ ਆਪ ਹੀ ਨੀ ਹੈਗਾ ਇਸ ਚੱਲ ਬਸ ਜਾਨਾ ਵੀ ਨਾ ਮੈਂ ਮਤਲਬ ਕੰਪਲੈਕਟ ਪੈਦਾ ਕਰਨ ਦੇ ਵਿੱਚ ਹੁੰਦਾ ਪਰ ਜਿਹੜੀ ਇਹ ਕਾਰਵਾਈ ਹੁੰਦੀ ਹੈ ਕਿਉਂਕਿ ਅਸੀਂ ਸੀਸੀਟੀਵੀ ਵੀ ਸਾਰਿਆਂ ਨੇ ਦੇਖੀ ਆ ਉਹਦੇ ਵਿੱਚ ਜਿਹੜਾ ਜਿੰਨੇ ਵੀ ਨੌਜਵਾਨ ਹੈਗੇ ਨੇ 24-25 ਸਾਲ ਦੀ ਉਮਰ ਦੇ ਹੈਗੇ ਨੇ ਪਰ ਉਹਨਾਂ ਨੇ ਸਿਰ ਤੇ ਕੋਈ ਦਸਤਾਰ ਨਹੀਂ ਆਮ ਜਿਹੜੇ ਨੋਰਮਲ ਸਾਰਿਆਂ ਦੇ ਜੀ ਪੀਐਲਪੀ ਦਾ ਦਰਦ ਹੈ ਪੰਜਾਬ ਦੇ ਨੌਜਵਾਨ ਦੇ ਬਜ਼ੁਰਗ ਦੇ ਬੀਬੀਆਂ ਦੇ ਸਾਰਿਆਂ ਦੇ ਅੰਦਰ ਆ ਤੇ ਸਾਰੇ ਗੁਰੂ ਤੋਂ ਮਤਲਬ ਵੱਡਾ ਕੁਛ ਨਹੀਂ ਦੇਖਦੇ ਗੁਰੂ ਸਾਡੇ ਲਈ ਵੱਡਾ ਜੇ ਪੰਜਾਬ ਦੇ ਵਿੱਚ 2015 ਦੇ ਵਿੱਚ ਪੀਐਲਪੀ ਹੁੰਦੀ ਹੈ ਤੇ ਰੋਸ ਵਿੱਚ ਸਿੱਖ ਸੰਗਤਾਂ ਪ੍ਰੋਟੈਸਟ ਕਰਦੀਆਂ ਆਪਾਂ ਦਰਦ ਸਮਝ ਕੇ ਕਰਦੇ ਹਾਂ ਜੇ ਮੇਰੇ ਪਿਤਾ ਜੀ ਨੂੰ ਗੋਲੀ ਲੱਗਦੀ ਆ ਤਾਂ ਉਹਨਾਂ ਨੂੰ ਗੁਰੂ ਪ੍ਰਤੀ ਦਰਦ ਹੁੰਦਾ ਉਹ ਤਾਂ ਉਸ ਧਰਨੇ ਦੇ ਸਮਿਲਿਤ ਕਰਦੇ ਆ ਉਸੇ ਤਰ੍ਹਾਂ ਹੀ ਜੇ ਕੋਈ ਵੀ ਨੌਜਵਾਨ ਇਸ ਤਰ੍ਹਾਂ ਦਾ ਕੰਮ ਕਰਕੇ ਜਾ ਰਿਹਾ ਜਾਂ ਦੋਸ਼ੀਆਂ ਨੂੰ ਮਤਲਬ ਗੱਡੀ ਚੜ ਕੇ ਜਾ ਰਿਹਾ ਤਾਂ ਉਹਦਾ ਦਰਦ ਬਿਆਨ ਹੋ ਰਿਹਾ ਵੀ ਇਹਨੂੰ ਦਰਦ ਹੈ ਬੇਅਦਬੀ ਦਾ ਦਰਦ ਹੈ ਕਿਉਂਕਿ ਜਿਹਨੂੰ ਸਰਕਾਰਾਂ ਲੰਮੇ ਸਮੇਂ ਤੋਂ ਲੁਕਾਉਂਦੀਆਂ ਆ ਰਹੀਆਂ ਫਿਰ ਇਹਦਾ ਮਤਲਬ ਤੁਸੀਂ ਇਹਨੂੰ ਜਸਟੀਫਾਈ ਕਰਦੇ ਹੋ ਜੋ ਅੱਜ ਹੋਇਆ ਦੇਖੋ ਮੈਂ ਪਹਿਲੇ ਕਹਿ ਚੁੱਕਿਆ ਕਿ ਸਿਸਟਮ ਦਾ ਫੇਲੀਅਰ ਆ ਸਿਸਟਮ ਨੇ ਪਹਿਲਾਂ ਹੀ ਇਹ ਸਜ਼ਾਵਾਂ ਦਿੱਤੀਆਂ ਹੁੰਦੀਆਂ ਪਰ ਕਾਨੂੰਨੀ ਆਧਾਰ ਤੇ ਹਾਂ ਪਰ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੁੰਦਾ ਬੰਦ ਕੀਤਾ ਹੁੰਦਾ ਹੋਰਾਂ ਲੋਕਾਂ ਦੇ ਹੌਸਲੇ ਨਾ ਵਧਦੇ ਜੋ 1 ਜੂਨ 2015 ਤੋਂ ਲੈ ਕੇ ਅੱਜ ਤੱਕ ਬੇਅਦਬੀਆਂ ਹੋਈਆਂ ਜੇ ਇਹਨਾਂ ਨੂੰ 2015 ਦੇ ਵਿੱਚ ਵਿੱਚ ਹੀ ਸਮੇਟਿਆ ਜਾਂਦਾ ਸਾਰਿਆਂ ਨੂੰ ਸਾਰਿਆਂ ਦੇ ਕਾਰਵਾਈਆਂ ਹੁੰਦੀਆਂ ਸਖ਼ਤ ਕਾਨੂੰਨ ਤਹਿਤ ਸਜ਼ਾਵਾਂ ਹੁੰਦੀਆਂ ਜਿਹੜੀਆਂ ਹੋਰ ਬੇਅਦਬੀਆਂ ਅੱਜ ਤੱਕ ਹੋ ਰਹੀਆਂ ਨਾ ਹੁੰਦੀਆਂ ਕਿਉਂਕਿ ਹਰ ਇੱਕ ਨੂੰ ਪਤਾ 1.5 ਮਹੀਨਾ ਅੰਦਰ ਲਾ ਕੇ ਆਉਂਦੇ ਆ ਕਿਉਂਕਿ ਜਿਹੜਾ ਮਾਹੌਲ ਹੈ ਉਹ ਬੜਾ ਗੰਭੀਰ ਬਣਿਆ ਹੋਇਆ ਪੰਜਾਬ ਦਾ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ ਦੇਖੋ ਗੁਰੂ ਤੋਂ ਵੱਡਾ ਵਾਕਈ ਕੁਛ ਨਹੀਂ ਹੈ ਜਿਹੜਾ ਜਿਹੜਾ ਗੱਲ ਹੋਈ ਆ ਸਾਰਿਆਂ ਨੂੰ ਪਤਾ ਸੀ ਇਹ ਦੋਸ਼ੀ ਹੈ ਜੇ ਤੁਸੀਂ ਉਹਨੂੰ ਦੋਸ਼ੀ ਮੰਨਦੇ ਹੋ ਤਾਂ ਜਿਹੜੀ ਉਹਦੀ ਜਿਹੜੀ ਦਾਇਰੇ ਦੇ ਵਿੱਚ ਕਾਨੂੰਨੀ ਕਾਰਵਾਈ ਹੈ ਜਿਹੜੀ ਪੁਲਿਸ ਅੱਜ ਕਰ ਰਹੀ ਹੈ ਉਹਨਾਂ ਨੂੰ ਕਰਨ ਦਿਓ ਉਹਨਾਂ ਨੂੰ ਦੇਖਣ ਦਿਓ ਕੌਣ ਕੀ ਆ ਮਾਹੌਲ ਖਰਾਬ ਕਰਨ ਦਾ ਗੱਲ ਨੀ ਬਣਦੀ ਕਿੱਥੇ ਅਸੀਂ ਆਪਦੇ ਗੁਰੂ ਲਈ ਮਰ ਮਿਟਣ ਲਈ ਤਿਆਰ ਹੁੰਦੇ ਹਾਂ ਜਿਹੜੇ ਗੁਰੂ ਨੇ ਸਾਡੇ ਲਈ ਪਰਿਵਾਰ ਵਾਰਿਆ ਸਾਨੂੰ ਇੱਕ ਸ਼ਬਦ ਗੁਰੂ ਦਾ ਦਰਜਾ ਦੇ ਕੇ ਗਏ ਨੇ ਉਹ ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲਣਾ ਹੈ ਤੇ ਫਿਰ ਡੇਰੇਵਾਦਾਂ ਦੇ ਨਾਲ ਜਾਂ ਦੇ ਧਰਮਾਂ ਦੇ ਨਾਲ ਰਲ ਕੇ ਨਹੀਂ ਆਪਾਂ ਪਾਰਕਰਾ ਹੋ ਸਕਦੇ ਵੈਸੇ ਸੁਖਰਾਜ ਜੀ ਇਹ ਕਨਫਰਮ ਨਹੀਂ ਹੋਇਆ ਕਿ ਵੀ ਜਿਹੜਾ ਕਤਲ ਹੈ ਕਿਉਂ ਕੀਤਾ ਗਿਆ ਹੋ ਸਕਦਾ ਕੋਈ ਉਹਨਾਂ ਦੀ ਆਪਸੀ ਰੰਜਿਸ਼ ਵੀ ਹੋ ਸਕਦੀ ਹੈ ਪਰ ਮੈਂ ਇੱਕ ਗੱਲ ਕਹਿੰਦਾ ਵੀ ਸਾਡੇ ਲਈ ਤਾਂ ਇੱਕ ਫਰਿਸ਼ਤਾ ਤੌਰ ਤੇ ਆਇਆ ਨਾ ਪੰਜਾਬ ਦੇ ਦਰਦਮੰਦ ਲੋਕਾਂ ਦੇ ਲਈ ਜੋ ਉਹਨਾਂ ਨੇ ਕੀਤਾ ਸਾਡੇ ਪੰਜਾਬ ਦੇ ਲੋਕਾਂ ਨੇ ਜਾਂ ਸਿੱਖਾਂ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਦੇਖਣਾ
ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਸੀ। ਈਵਨ ਕਿ ਮੀਡੀਆ ਦੇ ਵਿੱਚ ਵੀ ਇਹੀ ਪ੍ਰਚਾਰਿਆ ਜਾ ਰਿਹਾ, ਕਿਸੇ ਨੇ ਨਿੱਜੀ ਰਾਮ ਸਿੰਘ ਜੀ ਦਾ ਨਾਂ ਹੀ ਨਾ ਲਿਆ। ਇਹੀ ਕਿਹਾ ਨਾ ਸਾਰਿਆਂ ਨੇ ਵੀ ਬੇਅਦਬੀ ਦਾ ਦੋਸ਼ੀ ਸੀ, ਜਿਹੜਾ ਬੇਅਦਬੀ ਦਾ ਮੁਲਜ਼ਮ ਸੀ ਉਹਦੇ ਤੇ ਕਾਰਵਾਈ ਹੋ ਗਈ ਤੇ ਗੋਲੀਆਂ ਚੱਲ ਪਈਆਂ। ਸੋ ਮੇਨ ਆਫ ਇਸ਼ੂ ਆ ਜਿਹੜਾ ਵੱਡੇ ਪੱਧਰ ਤੇ ਆ, ਈਵਨ ਕਿ ਉਸ ਟਾਈਮ 2015 ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਵੀ ਕੀ ਦੇਵ ਕ੍ਰੀਏਟ ਹੋਈ ਸੀ ਪੰਜਾਬ ਦੀ, ਤੇ ਕਿੱਥੇ ਲੋਕ ਸੀ, ਕਿੱਥੇ ਪ੍ਰੋਟੈਸਟ ਕਰ ਰਹੇ ਸੀ। ਸੋ ਉਸੇ ਲੜੀ ਦੇ ਨਾਲ ਜੁੜਿਆ ਤੇ ਉਹਨੂੰ ਉਸੇ ਨਾਲ ਹੀ ਦੇਖਿਆ ਜਾ ਰਿਹਾ। ਨਿੱਜੀ ਰਾਂਝੇ ਇੱਕ ਜਾਂਚ ਦਾ ਵਿਸ਼ਾ ਹੋ ਸਕਦਾ ਉਹ ਥੋੜੇ ਦਿਨਾਂ ਜਦੋਂ ਕੋਈ ਆਊ ਸਾਹਮਣੇ ਦੇਖਿਆ ਜਾਊ, ਪਰ ਅੱਜ ਦੇ ਟਾਈਮ ਐਟ ਦਾ ਟਾਈਮ ਰਾਈਟ ਨਾਓ ਤਾਂ ਆਪਾਂ ਨੂੰ ਇੱਕ ਬੇਅਦਬੀ ਕੇਸ ਦੇ ਲਈ ਦੇਖ ਰਹੇ ਹਾਂ ਜੀ। ਸ਼ੁਕਰੀਆ ਸੁਖਰਾਜ ਜੀ ਜਗਬਾਣੀ ਟੀਵੀ ਦੇ ਨਾਲ ਜੁੜਨ ਦੇ ਲਈ, ਧੰਨਵਾਦ ਤੁਹਾਡਾ ਬਹੁਤ। ਧੰਨਵਾਦ।